ਕੰਪਨੀਆਂ ਬੱਚਿਆਂ ਨੂੰ ਨਾਮ ਦੀਆਂ ਦਾਤਾਂ ਵਿਦਿਆ ਦੀਆਂ ਦਾਤਾਂ ਗੁਰਸਿੱਖੀ ਗੁਰਮਤ ਨਾਲ ਜੋੜੀ ਰੱਖਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਆਪਣੀਆਂ ਸੰਗਤਾਂ ਦੇ ਇਸੇ ਤਰ੍ਹਾਂ ਸਿਰਾਂ ਤੇ ਮੇਰਾ ਭਰਿਆ ਹੱਥ ਰੱਖ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਸੇਵਾਵਾਂ ਵਿੱਚ ਜੋੜੀ ਰੱਖਣਾ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਣਾ ਉੱਤਮ ਉਪਰਾਲੇ ਬਖਸ਼ਣੇ ਸੇਵਾ ਕਰਨ ਦੀ ਸਮਰੱਥਾ ਬਖਸ਼ਦੇ ਰਹਿਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਵਰਸਾਏ ਹੋਏ ਸੇਵਕ ਭਾਈ ਜਗਰਾਜ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਜੋੜੀਆਂ ਹਨ ਆਪ ਜੀ ਨੇ ਭਾਈ ਜਗਤਾਰ ਸਿੰਘ ਨੂੰ ਆਪਣੇ ਦਰੋਂ ਘਰੋਂ ਸੰਪੂਰਨ ਦੇਹੋ ਰੋਗਤਾ ਬਖਸ਼ਣੀ ਨਾਮ ਬਾਣੀ ਨਾਲ ਜੋੜੀ ਰੱਖਣਾ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਣਾ ਦੇਸਾਂ ਵਿਦੇਸਾਂ ਵਿੱਚ ਸੇਵਕ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਨਾਮ ਬਾਣੀ ਨਾਲ ਜੋੜੀ ਰੱਖਣਾ ਸੱਚੇ ਪਾਤਸ਼ਾਹ ਜੀਓ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਹੈ ਕਰ ਨੌ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਏ ਆਪ ਜੀ ਨੇ ਭਾਈ ਜਗਰਾਜ ਸਿੰਘ ਨੂੰ ਦਰੋਂ ਘਰੋਂ ਸੰਪੂਰਨ ਦਿਹੋ ਰੋਕਤਾ ਬਖਸ਼ਣੀ ਸੰਗਤਾਂ ਸੇਵਕਾਂ ਦੀਆਂ ਹਾਜ਼ਰੀਆਂ ਦਰ ਥਾਂ ਪਾਉਣੀਆਂ ਨਾਮ ਬਾਣੀ ਨਾਲ ਜੋੜੀ ਰੱਖਾਂ ਸੰਗਤਾਂ ਵੱਲੋਂ ਸ਼ੁਕਰਾਨੇ ਵਜੋਂ ਬੇਅੰਤ ਮਾਇਆ ਅਰਦਾਸ ਪੇਟ ਹਾਜ਼ਰ ਹੋਈ ਹੈ ਖਜ਼ਾਨੇ ਭਰਪੂਰ ਕਰਨੇ ਬੋਲੇ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁੰਜੀ ਦੇ ਫਿਰੈ ਬਿਨ ਨਾਮ ਹੋਏ ਖੱਪ ਖੱਪ ਮੋਏ ਕਰਾਂਝਾ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦਾ ਵੱਡਾ ਉਪਰਾਲਾ ਹੈ ਸੰਗਤ ਜੋੜਦੇ ਨੇ ਇੱਥੇ ਲੈ ਕੇ ਆਉਂਦੇ ਨੇ ਬਹੁਤ ਹੀ ਵਧੀਆ ਕੀਰਤਨ ਹੋਇਆ ਹੈ ਅੱਗੇ ਵੀ ਆਸ ਕਰਾਂਗੇ ਇਸ ਤਰ੍ਹਾਂ ਹੀ ਕੀਰਤਨ ਚੱਲਦਾ ਰਹੇ ਜਿੱਥੇ ਉਹਨਾਂ ਨੂੰ ਲੋੜ ਪਏ ਸਾਡੀ ਸੰਗਤ ਦੀ ਮਰੋਲੀ ਸੰਗਤ ਦੀ ਸੰਗਤ ਉਹਨਾਂ ਨਾਲ ਖਲੋਤੀ ਹੈ ਹੁਣ ਮਨਜੀਤ ਸਿੰਘ ਜੀ ਕੁਛ ਕਹਿਣਾ ਚਾਹਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹ ਜਿਹੜਾ ਮਹਿਰੋਲੀ ਸਮਾਗਮ ਹੈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਜ ਦੀ ਕਿਰਪਾ ਸਦਕਾ ਇੱਥੇ ਸੰਪੂਰਨ ਹੋਇਆ ਪਿਛਲੇ ਸਮਾਗਮ ਹੋਇਆ ਪਿਛਲੇ ਸਾਲ 13 ਦਸੰਬਰ ਨੂੰ ਤੇ 5 ਜਕਾਰੇ ਅਸੀਂ ਛੱਡੇ ਸੀਗੇ ਕਿ ਵੀ ਇਹ ਹੁਣ ਸਾਲਾਨਾ ਸਮਾਗਮ ਹੋਇਆ ਕਰੇਗਾ ਇੱਥੇ ਤਾਂ ਬਹੁਤ ਬਹੁਤ ਧੰਨਵਾਦ ਹੈ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰਮਜੀਤ ਸਿੰਘ ਰਾਣਾ ਜਿਹਨਾਂ ਨੇ ਹਰ ਸਾਲ ਦੀ ਤਰ੍ਹਾਂ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਨੂੰ ਇਹ ਜਿਹੜੀ ਬੱਸਾਂ ਦੀ ਸੇਵਾ ਹੈ ਜਾਂ ਲੰਗਰ ਦੀ ਸੇਵਾ ਹੈ ਉਹ ਕਰਵਾਈ ਦਿੱਲੀ ਕਮੇਟੀ ਨੇ ਪਰਮਜੀਤ ਸਿੰਘ ਚੰਦੋ ਜਿਹੜੇ ਨਰਾਇਣ ਸਾਡੇ ਇਲਾਕੇ ਦੇ ਮੈਂਬਰ ਹੈ ਉਹਨਾਂ ਦਾ ਹਰ ਵਾਰੀ ਵਿਸ਼ੇਸ਼ ਸਹਿਯੋਗ ਰਹਿੰਦਾ ਹੈ ਫਿਰ ਇੱਥੇ ਮਹਿਰੋਲੀ ਇਲਾਕੇ ਦੇ ਸਾਡੇ ਮੈਂਬਰ ਵਰਿੰਦਰਪਾਲ ਸਿੰਘ ਜਿਹੜੇ ਕਿ ਕੁਛ ਵਿਆਹ ਕਰਕੇ ਇੱਥੇ ਪਹੁੰਚ ਨਹੀਂ ਸਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਫੋਨ 'ਤੇ ਉਹਨਾਂ ਨਾਲ ਰਾਤੀ ਗੱਲ ਹੋਈ ਸੀ ਵੀ ਸਾਰਾ ਅਰੇਂਜਮੈਂਟ ਉਹਨਾਂ ਨੇ ਇੱਥੇ ਕਰਵਾ ਦਿੱਤਾ ਹੈ ਬਾਕੀ ਸਾਧ ਸੰਗਤ ਦਾ ਬੀਂਗ ਖਾਲਸਾ ਜੱਥਾ ਜਿਹੜਾ ਕਿ ਕਾਫੀ ਟਾਈਮ ਤੋਂ ਸਾਡੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਮੁਖੀ ਸਿਮਰਨਜੀਤ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਚੰਦਰ ਵਿਹਾਰ ਐਡੀ ਦੂਰੋਂ ਸੰਗਤ ਲੈ ਕੇ ਇੱਥੇ ਆਉਂਦੇ ਆ ਬਾਕੀ ਜਿਹੜਾ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ ਹਰਦੀਪ ਸਿੰਘ ਕੁਲੰਗਤ ਸਿੰਘ ਜਗਜੀਤ ਸਿੰਘ ਹਰਮੀਤ ਸਿੰਘ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਹੈ ਤਾਂ ਸਾਰੀ ਸੰਗਤ ਦਾ ਜਿਹਨਾਂ ਨੇ ਇਹ ਟਾਈਮ ਕੱਢ ਕੇ ਇੱਥੇ ਹਾਜ਼ਰੀ ਭਰੀ ਹੈ ਗੁਰਸ਼ਬਦ ਸਿੰਘ ਜੱਥੇ ਵਾਲੇ ਨੂੰ ਜ਼ਰੂਰ ਕਹਿ ਦਊਂਗਾ ਮੈਂ ਕਿਉਂਕਿ ਰਿਕਾਰਡਿੰਗ ਸਾਰੀ ਜਾਣੀ ਉਹ ਸੁਣ ਹੀ ਲੈਣਗੇ ਬਈ ਇਹ ਜਿਹੜਾ ਉਪਰਾਲਾ ਸਾਂਝਾ ਆ ਇਹਦੇ ਤੇ ਲਿਖਿਆ ਗਿਆ ਵੀ ਨਿਸ਼ਕਾਮ ਜਥੇਬੰਦੀਆਂ ਵੱਲੋਂ ਇਹ ਸਮਾਗਮ ਹੈ ਤਾਂ ਉਹਨਾਂ ਨੂੰ ਬੇਨਤੀ ਹੈ ਪਿਛਲੀ ਵਾਰੀ ਵੀ 4-5 ਬੰਦੇ ਹੀ ਆਏ ਸੀ ਇਸ ਵਾਰੀ ਆਏ ਨਹੀਂ ਹੈ ਤਾਂ ਬੇਨਤੀ ਹੈ ਉਹਨਾਂ ਨੂੰ ਵੀ ਉਹ ਵੀ ਇਹਨੂੰ ਵੱਧ ਚੜ੍ਹ ਕੇ ਇਸ ਸਮਾਗਮ ਨੂੰ ਮਨਾਉਣ ਇੱਕ ਤਾਂ ਨਰਾਇਣ ਸਾਹਿਬ ਜਥੇ ਦੀ ਵਡਿਆਈ ਨਹੀਂ ਹੋ ਰਹੀ ਨਾ ਹੀ ਭੀਖ ਖਾਲਸੇ ਦੀ ਹੋਣੀ ਹੈ ਨਾ ਗੁਰਸ਼ਬਦ ਇਹ ਪੰਥ ਦੀ ਵਡਿਆਈ ਹੋਣੀ ਹੈ ਸਾਡੀ ਇਹ ਪੰਥ ਕਰਕੇ ਅਸੀਂ ਇਕੱਠੇ ਹੋਏ ਤੇ ਇਕੱਤਰ ਹੋਏ ਹਾਂ ਇੰਨੇ ਵੱਡੇ ਸ਼ਹੀਦੀ ਸਥਾਨ ਤੇ ਸਮਾਗਮ ਜਿਹੜੇ ਅਸੀਂ ਕਰਾ ਰਹੇ ਹਾਂ ਤਾਂ ਇਸ ਸਮਾਗਮ ਨੂੰ ਹਰ ਸਾਲ
बताइए एदी प्रवानगी मैं फेर लूंगा सारे तो पांच जकारे ने बारी बारी पांच जकारे तुसी छड़ दो जी बाबा बंदा वाला से जत्थे वालों ये सर्टिफिकेट लाएंगे।